IBS Records ta dharmik uprala. Wahe Guru. Wahe Guru. हम संतन की रेण प्यारे, हम संतन की शरणा, संत हमारी ओट सतानी, संत हमारा बाणी गुरु गुरु है बाणी विच बाणी अमृत सारे गुरबाणी कह गुरबाणी कह सेवक जन मन पर तक गुरु निस्तारे पर तक गुरु निस्तारे नितानियां दे तान नियोटियां दे ओट नियासरियां दे आसरे चबर शत्र तख्त दे मालक जुगो जुग अटल समुची मानवता दे सांझे रहबर पतत पावन तन तन साहिब सतगुरु श्री गुरु ग्रंथ साहिब महाराज सच्चे पातशाह और मालक जीयां दे पावन चरणां विच बहुत ही श्रद्धा दे नाल बड़े ही प्रेम रस विच भिज के महान तपस्वी ब्रह्मात्मा बहुत ही सत्कार योग संत बाबा हजारा सिंह जी महापुरखां दी पवित्र याद विच जुड़ मिट बैठियां संगतां और उन्हां दा तप स्थान बहुत ही प्यार नाल बहुत ही सत्कार नाल अमृत कीर्तन दे रस विच वाहिगुरु जी दी सिफतो सलावत विच जुड़मिल बैठी संगत जी सतगुरु महाराज सच्चे पातशाह जीयां ने साडे सारियां ते तरस कीता है मेहरामत कीती है बख्शिश कीती है जो इस वक्त सतगुरां दे पावन दर ते अमृत बाणी द्वारा उस अकाल पुरख वाहिगुरु जी दे चिंतन विच आपां जुड़े हां
ਤਨਮਾਂ ਪੁਰਖ ਸੰਤ ਬਾਬਾ ਹਜ਼ਾਰਾ ਸਿੰਘ ਜੀ ਜਿਨ੍ਹਾਂ ਦਾ ਸਾਦਾ ਜੀਵਨ ਔਰ ਜਿਹੜਾ ਜਿਹੜਾ ਵੀ ਉਹਨਾਂ ਦੀ ਸੰਗਤ ਵਿੱਚ ਆਇਆ ਜਿਨ੍ਹਾਂ ਦਾ ਵੀ ਮਹਾਂਪੁਰਖਾਂ ਦੇ ਨਾਲ ਮਿਲਾਪ ਹੋਇਆ ਧੰਨ ਬਾਬਾ ਹਜ਼ਾਰਾ ਸਿੰਘ ਜੀ ਉਹਨਾਂ ਨੂੰ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੋੜਦੇ ਗਏ। ਅੱਜ ਏਡੀ ਵੱਡੀ ਖਾਲਸਾਈ ਰੰਗ ਦੇ ਵਿੱਚ ਜੁੜਿਆ ਹੋਇਆ ਇਹ ਮਹਾਨ ਇਕੱਠ ਉਹਨਾਂ ਦੇ ਤੇਜ ਤਪ ਦਾ ਪ੍ਰਗਟਾਵਾ ਹੈ। ਇੰਨੇ ਪਿਆਰ ਨਾਲ ਇੰਨੇ ਸਤਿਕਾਰ ਨਾਲ ਸੰਗਤਾਂ ਜੁੜੀਆਂ ਨੇ, ਇਹ ਉਹਨਾਂ ਦੀ ਕਾਲਣਾ ਉਹਨਾਂ ਦੀ ਕਮਾਈ ਹੈ। ਮੈਂ ਇੱਥੋਂ ਤੱਕ ਬੇਨਤੀ ਕਰਦਾ ਸਾਡੇ ਪਿਤਾ ਸਾਹਿਬ ਹੋਣਾ ਨੇ ਉਹਨਾਂ ਸਮਿਆਂ ਦੇ ਵਿੱਚ ਮਨ ਵਿੱਚ ਵਿਚਾਰਿਆ ਵੀ ਮੈਂ ਧੰਨ ਬਾਬਾ ਹਜ਼ਾਰਾ ਸਿੰਘ ਜੀ ਹੋਣਾ ਨੂੰ ਆਪਣਾ ਗੁਰੂ ਧਾਰਨ ਕਰਨਾ। ਤੋ ਇਸੇ ਤਪ ਅਸਥਾਨ ਤੇ ਮਹਾਂਪੁਰਖਾਂ ਦੇ ਕੋਲ ਆਏ ਉਹਨਾਂ ਨੂੰ ਗੁਰੂ ਧਾਰਨ ਵਾਸਤੇ। ਅਜੇ ਉਹਨਾਂ ਨੇ ਆ ਕੇ ਕੋਈ ਬੇਨਤੀ ਨਹੀਂ ਕੀਤੀ ਤੇ ਮਹਾਂਪੁਰਖਾਂ ਨੇ ਪਹਿਲਾਂ ਹੀ ਉਹਨਾਂ ਦੇ ਲਾਗੇ ਕੋਲ ਬੈਠਣ ਤੋਂ ਬੇਨਤੀ ਕਰਨ ਤੋਂ ਪਹਿਲਾਂ ਹੀ ਬਚਨ ਕਰ ਦਿੱਤਾ। ਕਹਿਣ ਲੱਗੇ ਇਸ ਕਲਯੁਗ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾਂ ਹੋਰ ਕੋਈ ਕਾਮਯਾਬ ਗੁਰੂ ਨਹੀਂ ਹੋ ਸਕਦਾ। ਮਨ ਦੀ ਜਾਣ ਲਈ ਮੈਂ ਬੇਨਤੀ ਕਰਾਂ, ਮੇਰੇ ਦਾਤਾ ਜੀ ਕਹਿੰਦੇ ਪ੍ਰਭ ਕੈ ਸਿਮਰਨ ਸਭ ਕਿਛ ਸੁੱਝੈ। ਸਿਮਰਨ ਕਰਨ ਵਾਲੇ, ਬੰਦਗੀ ਕਰਨ ਵਾਲੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਪਰੋਇਆ ਜਾਂਦਾ ਹੈ ਉਹਨਾਂ ਨੂੰ ਸਿਮਰਨ ਦੀ ਬੰਦਗੀ ਦਾ ਪ੍ਰਤਾਪ ਦਾ ਸਦਕਾ, ਸਿਮਰਨ ਦੀ ਸ਼ਕਤੀ ਦਾ ਸਦਕਾ ਸਭ ਕੁਝ ਸੁੱਝ ਆਉਂਦਾ ਹੈ। ਅਜੇ ਉਹਨਾਂ ਨੇ ਬੇਨਤੀ ਨਹੀਂ ਕੀਤੀ, ਕੋਈ ਸਵਾਲ ਨਹੀਂ ਕੀਤਾ ਦੂਰੋਂ ਵੇਖ ਕੇ, ਔਰ ਉਹਨਾਂ ਨੇ ਬਚਨ ਕੀਤਾ ਕਲਯੁਗ ਦੇ ਵਿੱਚ ਸਰੀਰ ਗੁਰੂ ਨਹੀਂ ਹੋ ਸਕਦਾ। ਅਸੀਂ ਛੋਟੇ ਛੋਟੇ ਹੁੰਦੇ ਬਚਨ ਸੁਣਦੇ ਰਹੇ, ਜੇ ਗੁਰੂ ਧਾਰਨ ਕਰਨਾ ਹੈ ਨਾ ਤੇ ਇੱਥੋਂ ਹੀ ਜਾਓ ਸ੍ਰੀ ਅਕਾਲ ਤਖ਼ਤ ਸਾਹਿਬ, ਉੱਥੇ ਪੰਜਾਂ ਪਿਆਰਿਆਂ ਕੋ ਜਾ ਕੇ ਅੰਮ੍ਰਿਤ ਪਾਨ ਕਰਕੇ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜ ਜਾਓ। ਮੈਂ ਬੇਨਤੀ ਕਰਾਂ ਜਿਹੜਾ ਜਿਹੜਾ ਵੀ ਉਹਨਾਂ ਦੀ ਸੰਗਤ ਵਿੱਚ ਆਇਆ ਉਹੀ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜਦਾ ਰਿਹਾ। ਉਹਨਾਂ ਨੇ ਸਰੀਰ ਦੀ ਪੂਜਾ ਨਹੀਂ ਕਰਵਾਈ, ਜਿਨ੍ਹਾਂ ਨੇ ਸੰਗਤ ਕੀਤੀ ਹੈ, ਜਿਨ੍ਹਾਂ ਨੇ ਦੀਦਾਰ ਕੀਤੇ ਨੇ ਉਹ ਦੱਸਦੇ ਨੇ, ਉਹ ਆਪਣੀ ਪੂਜਾ ਨਹੀਂ ਸੀ ਕਰਵਾਉਂਦੇ। ਉਹਨਾਂ ਨੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸਭ ਨੂੰ ਜੋੜਿਆ। ਐਸੇ ਮਹਾਨ ਮਹਾਂਪੁਰਖ ਤਿੰਨਾਂ ਦੀ ਯਾਦ ਵਿੱਚ ਅੱਜ ਇਹ ਇਲਾਕਾ ਨਹੀਂ, ਪੂਰਾ ਪੰਜਾਬ ਨਹੀਂ, ਸਾਰੇ ਵਰਲਡ ਤੋਂ ਸੰਗਤਾਂ ਇੱਥੇ ਪਹੁੰਚੀਆਂ ਨੇ, ਦੂਰ ਦੂਰ ਤੋਂ ਸੰਗਤਾਂ ਆ ਰਹੀਆਂ ਨੇ। ਇਹ ਉਹਨਾਂ ਦੀ ਕਮਾਈ ਦਾ ਪ੍ਰਤਾਪ ਸੀ। ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਤਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਜਿਹੜੇ ਇੱਕ ਇੱਕ ਦਮ ਦੇ ਨਾਲ, ਜਿਹੜੇ ਇੱਕ ਇੱਕ ਸਵਾਸ ਦੇ ਨਾਲ ਵਾਹਿਗੁਰੂ ਜੀ ਦੀ ਬੰਦਗੀ ਦੇ ਨਾਲ ਪਰਮੇਸ਼ਰ ਦੇ ਸਿਮਰਨ ਦੇ ਨਾਲ ਜੁੜਦੇ ਨੇ, ਮੇਰੇ ਦਾਤਾ ਜੀ ਨੇ ਉਹਨਾਂ ਨੂੰ ਸੰਤ ਦੀ ਉਪਾਧੀ ਨਾਲ ਨਿਵਾਜਿਆ। ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੰਤੋ ਹਰ 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 ਆਰਾਧ ਹੋ, ਹਰ ਆਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਦ ਹੋ। ਕਿਉਂਕਿ ਸਾਡੇ ਵਿੱਚੋਂ ਕਈ ਕਹਿੰਦੇ ਨੇ ਵੀ ਸਰੀਰ ਸੰਤ ਨਹੀਂ ਹੋ ਸਕਦਾ,
पर धन गुरु अर्जन देव महाराज जी के इन्हां बचनां तों पता चल जांदा है कि दाता जी ने एक शरीर नूं इह उपदेश दिता है, संतो हर 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 अरद हो, परमेश्वर दा सिमरन कर, बंदगी कर, उहदे सिमरन करन दे नाल तेरे सारे कारज सौर जाणगे। मैं बेनती करां जे संत केवल गुरु नूं कहा गया होवे ते गुरु अर्जन देव महाराज जी दा इह प्यारा बचन है, और धन गुरु अर्जन देव महाराज जी दे गुरु धन गुरु अर्जन देव महाराज जी दे संत फिर धन गुरु रामदास महाराज ने, धन गुरु अमरदास महाराज ने, धन गुरु अमर अंगद देव महाराज ने, धन गुरु नानक महाराज ने। मैं बेनती करां धन गुरु अर्जन देव महाराज वड्डे सतगुरां नूं इह उपदेश दे सकदे ने कि तुसीं सिमरन करिया करो, तुसीं बंदगी करो, तुहाडे सारे कारज सौर जाणगे। ਇਹ ਬਚਨ ਇੱਕ ਪਿਆਰੇ ਗੁਰਸਿੱਖ ਵਾਸਤੇ, ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਵਾਸਤੇ ਆਏ ਨੇ। ਔਰ ਪਿਆਰਿਓ, ਜਿਨ੍ਹਾਂ ਨੇ ਆਪ ਜਪਿਆ, ਵਾਹਿਗੁਰੂ ਦਾ ਸਿਮਰਨ ਕੀਤਾ ਔਰ ਹੋਰਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੋੜਿਆ, ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ, ਉਹਨਾਂ ਦੀ ਇਸ ਤਰ੍ਹਾਂ ਪੂਜਾ ਕਰਦਾ ਹੈ ਸੰਸਾਰ। ਵਾਹ ਵਾਹ ਕਰੇ ਸਹੀ ਜਨ ਸੋਹਣੇ, ਤਿੰਨ ਕਉ ਪ੍ਰਜਾ ਪੂਜਣ ਆਈ, ਉਹਨਾਂ ਦੀ ਪੂਜਾ ਹੁੰਦੀ ਹੈ ਸੰਸਾਰ ਤੇ ਜਿਹੜੇ ਮਾਲਕ ਦੇ ਸਿਮਰਨ ਵਿੱਚ ਵਾਹਿਗੁਰੂ ਦੀ ਬੰਦਗੀ ਵਿੱਚ ਜੁੜਦੇ ਨੇ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਨ। ਇੱਕ ਇੱਕ ਦਮ ਦੇ ਨਾਲ ਪਿਆਰਿਆ, ਇੱਕ ਇੱਕ ਸਵਾਸ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰ। ਸਿਮਰਨ ਵਿੱਚ ਐਸੀ ਬਰਕਤ ਹੈ, ਵਾਹਿਗੁਰੂ ਦੀ ਬੰਦਗੀ ਵਿੱਚ ਐਸੀ ਸ਼ਕਤੀ ਹੈ, ਜਿਹੜਾ ਸਿਮਰਨ ਦੇ ਨਾਲ ਜੁੜ ਗਿਆ ਉਹਦੀਆਂ ਜੀਵਨ ਦੀਆਂ ਸਾਰੀਆਂ ਟੈਨਸ਼ਨਾਂ ਸਾਰੀਆਂ ਚਿੰਤਾਵਾਂ ਦਾ ਨਾਸ਼ ਹੋ ਜਾਵੇਗਾ, ਉਹ ਆਨੰਦ ਵਿੱਚ ਚੱਲਿਆ ਜਾਵੇਗਾ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਇਹ ਅਵਸਥਾ ਪ੍ਰਾਪਤ ਹੋਵੇਗੀ। ਆਓ ਬੜੇ ਪਿਆਰ ਨਾਲ, ਬੜੀ ਇਕਾਗਰਤਾ ਦੇ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਬੜੇ ਪਿਆਰ ਨਾਲ, ਬੜੀ ਇਕਾਗਰਤਾ ਦੇ ਨਾਲ ਮਾਲਕ ਜੀ ਦੇ ਅੰਮ੍ਰਿਤ ਬਾਣੀ ਦੇ ਕੀਰਤਨਾਂ ਦੇ ਨਾਲ, ਸ਼ਬਦ ਦੇ ਨਾਲ ਆਪਣੀ ਸੁਰਤ ਨੂੰ ਜੋੜੀਏ ਔਰ ਲਾਹੇ ਪ੍ਰਾਪਤ ਕਰੀਏ ਜੀ। ਬੜੇ ਪਿਆਰ ਨਾਲ ਜੁੜ ਜਾਣਾ ਕਰੋ। ਸਾਸ ਸਾਸ ਸਿਮਰੋ, ਸਾਸ ਸਾਸ ਸਿਮਰੋ, ਸਾਸ ਸਾਸ ਸਿਮਰੋ, ਸਿਮਰੋ ਗੋਬਿੰਦ, ਸਿਮਰੋ ਗੋਬਿੰਦ, ਸਿਮਰੋ ਗੋਬਿੰਦ, ਸਿਮਰੋ ਗੋਬਿੰਦ, ਸਾਸ ਸਾਸ ਸਿਮਰੋ, ਸਾਸ ਸਾਸ ਸਿਮਰੋ, ਸਾਸ ਸਾਸ ਸਿਮਰੋ, ਸਿਮਰੋ ਗੋਬਿੰਦ, ਸਿਮਰੋ ਗੋਬਿੰਦ, ਸਿਮਰੋ ਗੋਬਿੰਦ, ਸਿਮਰੋ ਗੋਬਿੰਦ, ਮਨ ਅੰਦਰ ਕੀ ਉਤਰੈ ਚਿੰਦ, ਮਨ ਅੰਦਰ ਕੀ ਉਤਰੈ ਚਿੰਦ, ਮਨ ਅੰਦਰ ਕੀ ਉਤਰੈ ਚਿੰਦ, ਮਨ ਅੰਦਰ ਉਤਰੈ ਚਿੰਦ, ਸਾਸ ਸਾਸ ਸਿਮਰੋ, ਸਾਸ ਸਾਸ ਸਿਮਰੋ, ਸਾਸ ਸਾਸ ਸਿਮਰੋ, ਸਿਮਰੋ ਗੋਬਿੰਦ, ਸਿਮਰੋ ਗੋਬਿੰਦ, ਸਿਮਰੋ ਗੋਬਿੰਦ, ਸਿਮਰੋ ਗੋਬਿੰਦ, ਸਾਸ ਸਾਸ ਸਿਮਰੋ, ਸਾਸ ਸਾਸ ਸਿਮਰੋ,
सास सास सिमरो सिमरो गोविंद सिमरो गोविंद सिमरो गोविंद सिमरो गोविंद सिमरो गोविंद
मन अंतर
ਅੰਦਰ ਕੀ ਉਤਰੈ ਚਿੰਤ ਮਨ ਅੰਦਰ ਕੀ ਉਤਰੈ ਚਿੰਤ ਸਾਸ ਸਾਸ ਸਿਮਰੋ ਸਾਸ ਸਾਸ ਸਿਮਰੋ ਸਾਸ ਸਾਸ ਸਿਮਰੋ ਗੋਬਿੰਦ ਸਿਮਰੋ ਗੋਬਿੰਦ